ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਾਲੇਵਾਲ, ਪਿੰਡ ਵੀਲਾ 'ਤੇ ਜਾਂ ਮਾਲੇਵਾਲ ਦੇ ਪੁਲ ਦੇ ਉੱਤੇ ਜਿਹੜਾ ਵੀਰ ਜੀ ਉਹਨਾਂ ਦਾ ਡੇਰਾ ਵਾ, ਫੌਜੀ ਫਾਰਮ 'ਤੇ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6-7 ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ, ਵੱਡੇ ਛੋਟੇ ਭਾਅ ਜਿਹੜੇ ਸਾਰੇ ਤੁਹਾਨੂੰ ਵਿਖਾਵਾਂਗੇ। ਹਰ ਵਾਰ ਦੀ ਤਰ੍ਹਾਂ ਇੱਥੇ ਜਿਸ ਤਰ੍ਹਾਂ ਵੀ ਇੱਕ ਅੱਧਾ ਕੋਈ ਹੋਲਾ ਭਾਅ ਵੀ ਜਿਹੜਾ ਜ਼ਰੂਰ ਹੁੰਦਾ ਵਾ, ਵੀਡੀਓ ਪੂਰੀ ਜ਼ਰੂਰ ਵੇਖਿਓ, ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਤੁਸੀਂ ਅੱਜ ਲੇਟ ਹੋ ਗਏ ਜੀ। ਅੱਜ ਤੁਹਾਨੂੰ ਪਤਾ ਧੁੰਦ ਧੁੰਦ ਬੜੀ ਪਈ ਹੈ। ਬੜੀ ਵਛੀਆਂ ਦੇ, ਆਪਣੇ ਕੋਲ 2 ਵਛੀਆਂ ਹੈ ਤੇ 3 ਝੋਟੀਆਂ ਹੈ। ਅੱਛਾ, ਨਾਲ ਤੇ ਆਉਂਦਿਆਂ ਨੂੰ ਵੇਖ ਗਿਆ ਹੁਣ ਵੀ, ਪਰ 6-7 ਪਸ਼ੂ ਹੈਗੇ ਆਪਣੇ। ਅੱਛਾ, ਹਾਂਜੀ, ਵਿੱਚੋਂ ਕੁਛ ਪਸ਼ੂ ਚਲ ਗਏ ਆ? ਚਲ ਗਏ ਅੱਜ ਸਾਵਣਾ ਮੇਲਾ, ਜਿਹੜੇ ਵੀਰ ਕੋਲ ਲੁੱਟਿਆ ਜਾਂਦਾ ਲੁੱਟ ਲਿਆ, ਅੱਜ ਆਫਰ ਹੀ ਲਾ ਦੇਣੀ। ਅੱਛਾ, ਅੱਜ ਆਫਰ ਹੀ ਲਾਉਣੀ, ਅੱਜ ਸ਼ਿੰਦੋ ਦੀ ਹੱਟੀ ਤੇ ਆਫਰ ਹੀ ਆ, ਆਫਰ ਹੀ ਲਾਉਣੀ ਆ ਜੀ ਸ਼ਿੰਦੋ ਦੀ। ਸਾਡੀ ਅੱਜ ਸ਼ਿੰਦੋ ਦਲੇਰ ਹੋ ਗਈ ਆ। ਅੱਛਾ, ਹਾਂਜੀ, ਜੋ ਮੁੰਡਾ ਕਰਦੂ ਉਹ ਚੱਲੂਗਾ। ਅੱਛਾ, ਇੱਕ ਆ ਲਾਡੀ ਭਾ ਨੇ ਜੋ ਕਹਿਤਾ, ਅੱਜ ਸਿੱਧੇ ਛਿੜਲੀਆਂ ਚਲਾਉਣੀਆਂ ਅੱਜ। ਅੱਛਾ, ਅੱਜ ਗਿਫਟੀ ਚਲਾ ਦੇਣੇ ਆ ਜੀ। ਅੱਛਾ, ਸਾਰਾ ਇੰਨੇ ਇੰਨੇ ਰੇਟ ਕਰ ਦੇਣੇ ਇੰਨੇ। ਅੱਛਾ, ਵਾਹ ਵੀ ਨਹੀਂ ਲੰਘਣ ਦੇਣੇ, ਠੀਕ ਆ। ਚਲੋ ਨਾਮ ਇੱਕ ਵਾਰੀ ਦੱਸ ਦਈਏ। ਨਾਮ ਦੀਪ ਸਿੰਘ ਜੀ। ਹਾਂਜੀ, ਅਸੀਂ ਮਾਲੇਵਾਲ ਦੇ ਪੁਲ ਤੇ ਰਹਿੰਦੇ ਆ, ਠੀਕ ਹੈ, ਗੁਰਦਾਸਪੁਰ ਦੇ, ਤਹਿਸੀਲ ਬਟਾਲਾ ਤੇ ਲਾਗੇ ਫਤਿਹਗੜ੍ਹ ਚੁੜੀ ਹਨ। ਤੇ ਫੋਨ ਨੰਬਰ? ਫੋਨ ਨੰਬਰ 8195-9550-1 ਠੀਕ ਆ ਜੀ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਸੂਈ ਹੈ 3 ਦਿਨਾਂ ਦੀ। ਅੱਛਾ, ਹਾਂਜੀ, ਬੜੀ ਠੰਡੀ ਧੀ ਬਹਿ ਰਹੀ ਆ, ਠੀਕ ਆ। ਬੱਚਾ ਕੀ ਜੇ? ਮਗਰ ਮਗਰ ਵੱਛਾ ਜੇ, ਇਹਦੇ ਮਗਰ ਵੱਛਾ ਆ। ਹਾਂਜੀ, ਇਦਾਂ ਹੀ ਬਹਿ ਰਹੋ, ਬੜੀ ਠੰਡੀ ਵੱਛੀ, ਭਾਵੇਂ ਲੱਤਾਂ ਜੱਫਾ ਪਾ ਛੱਡੋ। ਕਿੰਨਾ ਦੁੱਧ ਤਿਆਰ ਕਰ ਗਈ ਜੇ? ਇਹਦੇ ਕੋਲ 3 ਦਿਨਾਂ ਦੀ ਸੂਈ ਕੋ 13 ਕਿਲੋ ਦੁੱਧ ਤਿਆਰ ਜੇ। ਅੱਛਾ, ਹਾਂਜੀ, ਤੇ ਕਿੰਨਾ ਚਵਾਈ ਜਾਊਗੀ ਜੇ? ਦੁੱਧ ਦੀ ਵੱਛੀ 20 ਕਿਲੋ ਚਵਾਊਗੀ। ਲਿਆ ਖੋਲੀਏ, ਤੋੜ ਦਈਏ, ਫਿਰ ਥਾਨ ਦਿਖਾ ਦਈਏ ਤੇ ਕਰੀ ਆਪਾਂ ਲੱਗੇ। ਥਾਨ ਬਹੁਤ ਚੰਗਾ ਵੱਛੀ ਨੂੰ, ਠੰਡੀ ਬੜੀ ਬਾਕੀ, ਠੀਕ ਹੈ। ਇਦਾਂ ਦੋਵੇਂ ਬੰਨੇ ਬਹਿ ਕੇ ਚਵਾਈ ਕਰੋ ਭਾਵੇਂ, ਠੀਕ ਹੈ ਜੀ। ਦੁੱਧ 20 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਸੋਹਣੇ ਰੰਗ ਰੂਪ ਵਾਲੀ ਆ, ਲੈ ਵੀਰ ਜੀ। ਬਾਕੀ ਆਹ ਦੇਖ ਸਕਦੇ, ਭਾਵੇਂ ਇਸ ਤਰ੍ਹਾਂ ਹੀ ਚਵਾ ਦੇਖ ਸਕਦੇ ਜਿਹੜਾ। ਠੀਕ ਹੈ ਜੀ। ਹਰਪ੍ਰੀਤ ਜੀ, ਘਰ ਘਰ ਸਾਰੀਆਂ ਮਾਵਾਂ ਇਹੋ ਇੱਕੋ ਜਿਹੇ ਪੁੱਤ ਨਹੀਂ ਜੰਮਦੀਆਂ, ਘਰ ਘਰ ਹਰੀ ਹਰੀ ਸਾਰਿਆਂ ਦੇ ਵੱਛੀ ਜੰਮਦੀ ਆ, ਠੀਕ ਆ। ਹਾਂਜੀ, ਇਸ ਜਿਹਨਾਂ ਦੇ ਕਹਿਣ ਦਾ ਮਤਲਬ ਕਿ ਘਰ ਘਰ ਨਹੀਂ ਇਹੋ ਜਿਹੀਆਂ ਵੱਛੀਆਂ ਜੰਮਦੀਆਂ। ਅੱਧੇ ਪੁੱਤ ਕੱਢ ਕੇ ਲਿਆਂਦੇ ਅੱਜ। ਅੱਛਾ, ਹਾਂਜੀ, ਤੇ ਕੀ ਰੱਖਣਾ ਇਹਦਾ ਮੁੱਲ? ਇਹਦਾ ਮੁੱਲ ਹਰਪ੍ਰੀਤ ਜੀ ਫੋਨ ਤੇ ਕਰਾਂਗੇ। ਅੱਛਾ, ਇਹਦਾ ਫੋਨ ਤੇ ਕਰਨਾ, ਸਾਰੀਆਂ ਦੱਸਾਂਗੇ ਇਹਦਾ ਵੱਛੀ, ਇਹਦਾ ਕੱਲੀ ਦਾ ਫੋਨ ਤੇ ਜਾਇਜ਼ ਹੀ ਕਰਨਾ ਫਿਰ ਮੁੱਲ ਤੇ? ਮੈਂ ਤੁਹਾਨੂੰ ਦੱਸਿਆ ਨਿਕੇ ਨਿਕੇ ਕਰਨੇ, ਭਾਵ ਨਹੀਂ ਲੰਘਣੀ। ਅੱਛਾ, ਹਾਂਜੀ, ਠੀਕ ਆ। ਹਾਂਜੀ, ਤੇ ਹੁਣ ਇੱਕ ਜਿਹੜੀ ਗਾੜੀ ਹਿਸਾਬ ਨਾਲ ਗਿਫਟ ਹੀ ਆ ਗਈ ਆ, ਸਾਰੇ ਗਿਫਟ ਆ, ਗਿਫਟ ਹੀ ਆ ਹਿਸਾਬ ਨਾਲ। ਤੇ ਵੱਛੀ 3 ਦਿਨਾਂ ਦੀ ਸੂਈ ਆ, ਕਿੰਨਾ ਜੇ ਬੱਚਾ ਕਿ ਵੱਛੀ ਜੀ? ਵੱਛਾ ਜੀ, ਵੱਛਾ ਤੇ ਕਿੰਨਾ ਤੋਂ ਬੋਲਾ ਦੁੱਧ ਤਿਆਰ? ਇਹ ਦੁੱਧ 10 ਕਿਲੋ ਤਿਆਰ ਜੇ ਬੋਲੀ। ਅੱਛਾ, ਹਾਂਜੀ, 3 ਦਿਨਾਂ ਦੀ ਸੂਈ, ਕਿੰਨਾ ਕਿ ਚਵਾਈ ਜਾਊਗੀ? ਇਹ ਦੁੱਧ 13-14 ਕਿਲੋ ਚਵਾਈ ਜਾਊਗੀ। ਤੋਰ ਦਈਏ ਫਿਰ ਇਹਨਾਂ ਵੀ। ਬਾਕੀ ਥਾਨ ਦੀ ਇਹ ਵੀ ਬੜੀ ਆ, ਇਦਾਂ ਹੀ ਬੈਰ ਹੋ ਮਾਰ ਕੇ ਤਾਂ ਵਿਖਾ ਦੋ। ਵੱਛੀ ਪਿਓਰ ਜਲਸੀ ਆ, ਨਸਲ ਬਰੀਡ ਬੜੀ ਵੱਛੀ ਦੀ, ਠੀਕ ਹੈ ਜੀ। ਹਵਾ ਨਾ ਗਾਣ ਰੱਖਦੀ ਚਾਰਾ ਫੜੀ। ਹਰਪ੍ਰੀਤ ਜੀ ਭਲ ਭੋਲੇ ਹਾਲੇ ਅੱਜ ਲੈ ਆਓ ਜੀ, ਦਿਖਾ ਦੇ ਤਾਰਾ ਮਾਰ ਕੇ ਵਿੱਚ ਦੀ। ਇਹ ਵੀ ਠੰਡੀ ਧੀਰੀ ਜੀ, ਹਾਂ ਦੇਖ ਸਕਦੇ ਜੀ।
ਠੀਕ ਹੈ ਜੀ, ਲੈ ਜਾਓ ਜੀ। ਬਾਕੀ ਠੰਡੀਆਂ ਧੀਰੀਆਂ ਵਾ, ਚਵਾ ਦੀ ਵੀ ਸਾਫ਼ ਆ, ਬਾਕੀ ਹਵਾਨਾ ਗਾਹਣ ਵਾ, ਬਾਕੀ ਆਪਣੀ ਸਮਝਣਾ ਕੋਈ ਮਰਜ਼ੀ ਨਾਲ ਵੇਖ ਲੈ। ਅਤੇ ਇਹਦਾ ਕੀ ਮੁੱਲ ਜੇ ਅੰਕਲ ਜੀ? ਨਾਲ ਠੀਕ ਆ। ਕਿੰਨਾ ਕੁ ਲੈ ਜੇ ਟਾਈਮ? ਅਜੇ ਡਰਦੀ ਆ, ਬਾਕੀ ਥੋੜਾ ਜਿਹਾ ਪੱਕੇ ਥਾਂ ਦਾ ਥੋੜਾ ਜਿਹਾ ਕਰਦੀ ਆ, ਬਾਕੀ ਉਤਰ ਦੇਖ ਸਕਦੇ ਜੀ। ਭਾਵੇਂ ਦੋਵੇਂ ਜਾਣੇ ਥੱਲੇ ਬਹੀ ਜਾਓ, ਕੋਈ ਗੱਲ ਨੀ, ਜੱਫਾ ਪਾ ਛੱਡੋ। ਅੱਛਾ, ਘੁਮਾ ਦੋ ਨਵੀਂ ਲੈ ਜੇ। ਤੇ ਮਨਦੀਪ ਵੀਰ ਜੀ ਫਿਰ ਕਿੰਨਾ ਰੱਖਣਾ ਇਹਦਾ ਮੁੱਲ? ਜਿੰਨੇ ਵੀ ਤਿੰਨ ਚਾਰ ਜਣਾ ਇਹਨਾਂ ਦਾ ਹਜ਼ਾਰ ਹਜ਼ਾਰ ਮਾਨ ਕਰਨਾ ਆ, ਵੇਖ ਲਿਓ ਮੁੱਲ ਕੀ ਹੋਣਾ। ਅੱਛਾ, ਮੁੱਲ ਵਸੀ ਦਾ 38। ਅੱਛਾ, ਹਜ਼ਾਰ ਹਜ਼ਾਰ ਹੀ ਛੱਡ ਦੇਣਾ। ਠੀਕ ਆ, ਚਾਰ ਜਣੇ ਦੇ ਹਜ਼ਾਰ ਹਜ਼ਾਰ ਡਾ ਦੇਣਾ। ਕਿੰਨੇ ਹੋ ਗਿਆ? ਇਹ ਹੋ ਗਿਆ ਜੇ 34 ਦੇ ਦਾਂਗੇ। ਬੰਦਿਆਂ ਦੀ ਗਿਣਤੀ ਚੰਗੀ ਤਰ੍ਹਾਂ ਕਰ ਲਓ। ਬੰਦਿਆਂ ਦੀ ਕਰ ਲਈ ਆ, ਜਿਹੜੇ ਚਾਰ ਬੰਦੇ ਨੇ, ਪੰਜਵਾਂ ਮੈਂ ਜੇ ਤੇ ਛੇਵਾਂ ਮੰਮੀ ਜੇ। ਛੇਵਾਂ ਚਲੋ ਤੁਹਾਡਾ ਵੀ ਹਜ਼ਾਰ ਡਾ ਦਾਂਗੇ। ਹੋਰ ਡਾ ਦਾਂਗੇ ਠੀਕ ਠੀਕ ਆ। ਹੋਰ ਮੈਂ ਡਾਵਾਂ? ਹਾਂਜੀ, ਮੱਛੀ ਦੇ ਦਾਂਗੇ 29,000 ਦੀ। ਅੱਛਾ, ਹਲੋ ਹੜੋ ਇਹਨਾਂ ਦਾ ਮਾਣ ਹੋ ਗਿਆ ਜੇ। ਠੀਕ ਆ, ਕੋਈ ਵੀਰ ਆਖੇ ਨਾ ਛਿੰਦੋ ਦੀ ਹੱਟੀ ਦਾ ਸੌਦਾ ਮਹਿੰਗਾ। ਅੱਛਾ ਪਿੱਛੇ ਠੀਕ ਆ, ਹਾਂਜੀ 29,000 ਦੀ ਇਹ ਵੀ ਦੇ ਦੇਣੀ ਆ। ਤੇ ਹੁਣ ਇੱਕ ਹੋਰ ਅੰਕਲ ਜੀ ਹੁਣੀ ਕਹਿੰਦੇ ਕਿ 13 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਚਵਾਉਗੀ ਹੈ, ਥੱਲਿਓਂ ਚੰਗੀ ਤਿਆਰ ਹੋਣੀ ਆ। ਠੀਕ ਆ ਜੀ, ਬਾਕੀ ਚਵਾ ਇਹਨੂੰ, ਗੱਬਨ ਨੂੰ ਬੜਾ ਚੰਗਾ ਲੱਗਾ ਧਾਰ ਮਾਰ ਕੇ। ਚਲੋ ਰਹਿ ਨਹੀਂ ਦੋ, ਗੱਬਨ ਦੀਆਂ ਨਾ ਹੀ ਧਾਰਾਂ ਮਾਰੋ ਤੇ। ਤੇ ਇਹਦਾ ਕਿੰਨਾ ਰੱਖੀਏ ਫਿਰ ਮੁੱਲ ਆਪਾਂ? ਹਰਪ੍ਰੀਤ ਜੀ ਮੁੱਲ ਨਿਗਾਹ ਜਿਹਾ ਰੱਖਣਾ। ਅੱਛਾ, ਮੱਛੀ ਬਾਰੇ ਕੋਈ ਦਿੰਦਾ ਨਹੀਂ, ਅਸੀਂ ਦੇ ਦੇਣੀ। ਤੁਸੀਂ ਰੋਜ਼ ਵੀਡੀਓ ਪਾਉਂਦੇ ਇਹੋ ਜਿਹੀਆਂ ਮੱਛੀਆਂ ਦਾ, ਲੋਕੀ 37-37 38-36 ਮੰਗਣਡੇ ਆ। ਹਾਂਜੀ, ਪਰ ਛਿੰਦੋ ਦੀ ਹੱਟੀ ਦੇ ਉਹ ਨਹੀਂ ਹੇਟਣਾ। ਠੀਕ ਆ, ਇਹਦਾ ਮੱਛੀ ਦਾ ਮੁੱਲ 35 ਆ। ਹਾਂਜੀ,
ਠੀਕ ਹੈ ਜੀ ਤੇ ਹੁਣ ਇੱਕ ਆ ਗੱਬਨ ਜੇ ਕਿਸੇ ਦੀ ਕੱਲ ਦੀ ਅੱਛਾ ਇਹਦੇ ਕੋਲ 4 ਕਿਲੋ ਬੋਲੀ ਤਿਆਰ ਆ ਅੱਛਾ ਹਾਂਜੀ ਠੰਡੀ ਤੇਰੀ ਆ ਠੀਕ ਹੈ ਹਾਂ ਦੇ ਸਕਦੇ ਵੀ ਇਸ ਤਰ੍ਹਾਂ ਭਾਵੇਂ ਠੀਕ ਹੈ ਲੈ ਜਾਓ ਜੀ ਹਾਰ ਪਾਰ ਖਾਣ ਜਿਹੜਾ ਇਹਦੇ ਕੋਲ ਵੀ ਚੰਗਾ ਲੱਗਾ ਤੇ ਇਹ ਕਿੰਨੇ ਦੇ ਵਿੱਚ ਦੇ ਦੇਣੀ ਫਿਰ ਆਪਾਂ ਜੀ ਇਹੋ ਜਿਹੀਆਂ ਮੱਛੀਆਂ ਲੋਕੀ 26-26 27-27 ਹਜ਼ਾਰ ਮੰਗੀ ਜਾਂਦੇ ਹਾਂਜੀ ਪਰ ਇੱਥੇ ਓਵਰ ਰੇਟ ਨਹੀਂ ਅੱਛਾ ਮੁੱਲ ਮੱਛੀ ਦਾ 20 ਹਾਂਜੀ 5 ਹੀ ਛੱਡ ਦਾਂਗੇ ਅੱਛਾ 15,000 ਦੀ 15 ਦੀ ਵਸ਼ੀ ਦੇ ਦਾਂਗੇ 100 ਰੁਪਿਆ ਛੋੜ ਕਰਾਂਗੇ ਠੀਕ ਹੈ ਜੀ ਹਾਂਜੀ ਇੱਕ ਗਿਫਟ ਦੇਣਾ ਹੋਰ ਇਹਦੇ ਨਾਲ ਫ੍ਰੀ ਗਿਫਟ ਤੋਂ ਨਹੀਂ ਆਦੀ ਕੱਪੜਾ ਵਸ਼ੀ ਬੱਚਾ ਵੀ ਜਿਹੜਾ ਉਹ ਇਹਦਾ ਸਾਹਮਣੇ ਦੇਖ ਸਕਦੇ ਜੀ ਹਰ ਪ੍ਰੀਤ ਜੀ ਜਿਹੜਾ ਵੀਰ ਲਊ ਅਸੀਂ ਇਹ ਨਾਲ ਫ੍ਰੀ ਦੇ ਦਾਂਗੇ ਅੱਛਾ ਮਸ਼ੀਨ ਨੂੰ ਪੁੱਟ ਕੇ ਵਿਖਾ ਦੇ 4 ਦੰਦ ਦਿਖਾ ਲੈ ਅੜੀ ਭਾ ਇਹ 4 ਦੰਦ ਜੀ ਹਾਂਜੀ ਅੜੀ 4 ਦੰਦ ਤੇ ਇਹ ਦੁੱਧ ਦਿੰਦੀ ਜੀ ਦੁੱਧ ਨਹੀਂ ਦਿੰਦੀ ਤੇ ਉਹ ਤਰਾ ਗੱਬਣ ਆ ਬਣੀ ਹੈਗੀ 2 ਮਹੀਨਿਆਂ ਦੀ ਗਰੰਟੀ ਨਹੀਂ ਕੋਈ ਵੀਰ ਦੀ ਨਿਕਲ ਆਵੇ ਤੇ ਅੱਛਾ ਹਾਂਜੀ ਇਹਦਾ ਕੋਈ ਗਰੰਟੀ ਗਰੰਟੀ ਕੋਈ ਨਹੀਂ ਕੋਈ ਨਹੀਂ ਇਹ ਦੇ ਦੇਣੀ ਉਦਾਂ ਗਿਫਟੀ ਜਿਹੜਾ ਵੀਰ ਲੈ ਜੇ ਕੋਈ ਸਾਹਮਣੇ ਅੱਛਾ ਅਸੀਂ ਵਸ਼ੀ ਪਰ ਇਹ ਨਾ ਕੋਈ ਆਖਿਆ 4 ਦੰਦ ਪਿਓਰ ਆ ਅੱਛਾ ਇੱਕ ਸੂਆ ਸੂਪੀ ਆ ਤੇ ਹਣ ਗਾ ਇੱਕ ਸੂਆ ਸੂਈ ਆ ਆ ਦਿਖਾਓ ਹਰ ਪ੍ਰੀਤ ਜੀ ਹੈਗੀ ਤੇ ਪਿਓਰ 4 ਦੰਦ ਜਿਹੜੀ ਛਿੱਗੀ ਤੇ ਪੁੱਟੇ ਆਏ ਨੇ ਦੰਦ ਜਿਹੜੇ ਆ ਚੰਗੀ ਤਰ੍ਹਾਂ ਦੰਦ ਦਿਖਾ ਲਈਏ ਆ ਦੇਖ ਸਕਦੇ ਠੀਕ ਹੈ ਜੀ ਤੇ ਨਾਲ ਉਸ ਤਰ੍ਹਾਂ ਦੇ ਦੇਣੀ ਆਪਾਂ ਹਾਂ ਜੀ ਠੀਕ ਹੈ ਹਰ ਪ੍ਰੀਤ ਜੀ ਤੇ ਠੀਕ ਹੈ ਜੀ ਹਰ ਕੁਝ ਕਹਿਣਾ ਫਿਰ ਦੱਸਦੇ ਜੀ ਹਰ ਪ੍ਰੀਤ ਜੀ ਜਿਹੜਾ ਤੇ ਆ ਆਪਣੇ ਕੋ ਮਾਲ ਸੋਇਆ ਹਾਂਜੀ ਉਹ ਵੀਰ ਆਪਣੇ ਕੋ ਸੱਲੀ ਕਰਕੇ ਖੜੇ ਇੱਕ ਡੰਗ ਦੋ ਡੰਗ ਹਾਂਜੀ ਸਾਡੇ ਆਪਣੇ ਘਰ ਦੀ ਗਰੰਟੀ ਆ ਕਿਸੇ ਦੇ ਘਰੇ ਚਲ ਗਿਆ ਉਹਦੀ ਕੋਈ ਗਰੰਟੀ ਨਹੀਂ ਠੀਕ ਹੈ ਬਾਕੀ ਉਹ ਜਿਹੜੀ ਗੱਬਣ ਵਸੀ ਆ ਉਹ ਵੀ ਵੀਰ ਕੋਈ ਆਪਣੀ ਚਿਪ ਕੇ ਖੜੇ ਪਾਸ ਕਰਕੇ ਖੜੇ ਹਾਂਜੀ ਠੀਕ ਹੈ ਤੇ ਜੇ ਕਿਸੇ ਵੀਰ ਨੇ ਮਹੀਂ ਲੈਣੀ ਆ ਆਪਣੇ ਕੋ ਨੀਲੀ ਦੀ ਝੋਟੀ ਸੂਈ ਹੈਗੀ ਕੱਲ ਦੀ ਅੱਛਾ ਹਾਂਜੀ ਠੀਕ ਹੈ ਜੀ ਨੰਬਰ ਦਿੱਤਾ 56 ਵਾਲਾ ਵੀਰ ਕੋਈ ਫੋਨ ਕਰ ਲੈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀਆਂ ਵੇਚ ਚੱਕ ਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।